ਪੰਜਾਬ 'ਚੋਂ ਵੀ ਆਈ ਪੀ ਕਲਚਰ ਨੂੰ ਪੂਰਨ ਰੂਪ ਵਿੱਚ ਖਤਮ ਕਰਨ ਦਾ ਦਾਅਵਾ ਕਰਨ ਵਾਲੀ ਕਾਂਗਰਸ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਤਾਂ ਬੇਸ਼ੱਕ ਲਾਲ ਬੱਤੀਆਂ ਨੂੰ ਅਲਵਿਦਾ ਆਖ ਚੁੱਕੇ ਨੇ, ਪਰ ਦੂਜੇ ਪਾਸੇ ਕੁਝ ਸਰਕਾਰੀ ਅਫਸਰਾਂ ਦੇ ਖੂਨ ਵਿੱਚੋਂ ਇਹ ਵੀ ਆਈ ਪੀ ਕਲਚਰ ਅਜੇ ਵੀ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸੇ ਤਰ੍ਹਾਂ ਦਾ ਇੱਕ ਮਾਮਲਾ ਵੇਖਣ ਨੂੰ ਮਿਲਿਆ ਮੁਕਤਸਰ ਵਿੱਚ, ਜਿੱਥੇ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਏ SDM ਨਰਿੰਦਰਪਾਲ ਸਿੰਘ ਆਪਣੀ ਗੱਡੀ ਉੱਤੇ ਪੂਰੇ ਠਾਠ ਬਾਠ ਨਾਲ ਬੱਤੀ ਲਾ ਕੇ ਲੋਕਾਂ ਵਿੱਚ ਘੁੰਮ ਰਹੇ ਨੇ। ਪਰ ਜਦੋਂ ਇਸ ਮਾਮਲੇ ਨੂੰ ਲੈ ਕੇ ਪੱਤਰਕਾਰਾਂ ਨੇ ਅਫਸਰ ਸਾਹਿਬ ਨੂੰ ਸਵਾਲ ਕੀਤਾ ਤਾਂ ਉਹ ਕੋਈ ਵੀ ਤਸੱਲੀ ਬਖਸ਼ ਉੱਤਰ ਨਾ ਦੇ ਸਕੇ। ਸਰ, ਤੁਹਾਡੀ ਮਤਲਬ ਕਿ ਗੱਡੀ ਦੇ ਉੱਪਰ ਬੱਤੀ ਲੱਗੀ ਹੋਈ ਹੈ? EM ਦੀ ਪਾਵਰ ਕਰਕੇ ਲਾਈ ਹੋਈ, ਐਮਰਜੈਂਸੀ ਹੁੰਦੀ ਹੈ ਐਗਜੀਕਿਊਟਿਵ ਮਜਿਸਟਰੇਟ। EM ਦੀ ਪਾਵਰ ਤਾਂ ਸਰ ਹਰ ਮਜਿਸਟਰੇਟ ਕੋਲ ਹੈਗੀ, ਉਹ ਜਦੋਂ ਅਸੀਂ ਸਾਨੂੰ ਲੱਗਿਆ ਵੀ ਆ ਕੁਛ ਹੋਊਗਾ ਉਦੋਂ ਲਾਈ ਹੋਈ। ਨਹੀਂ, ਅੱਜ ਕੀ ਹੋਣਾ, ਹੁਣ ਤੁਸੀਂ ਕਿਸੇ ਇਸ ਤਰ੍ਹਾਂ ਦੇ ਸਪੋਰਟ 'ਤੇ? ਹਾਂਜੀ ਹਾਂਜੀ, ਲੇਬਰ ਦਾ ਸੀਗਾ ਜੀ। ਕਿੱਥੇ ਸਰ? ਇਹ ਸੀਗਾ ਪਿੰਡ, ਕਿਹੜਾ ਯਾਰ ਉਹ ਪਿੰਡ ਅਤੇ ਗਿੱਦੜਵਾਹੇ ਦੇ ਵਿੱਚ ਹੈ ਜੀ। ਸਰ, ਉਹ ਤਾਂ ਗਿੱਦੜਵਾ, ਤੁਸੀਂ ਹੁਣ ਮੁਕਤਸਰ ਖੜ੍ਹੇ ਹੋ ਸਰ? ਨਹੀਂ, ਮੈਂ ਤਾਂ ਡਿਸਕਸ ਹੀ ਕਰਨਾ ਹੈ ਨਾ ਵਾਪਸ ਜਾਣ ਦਾ। ਸਰ, ਡਿਸਟ੍ਰਿਕਟ ਦੇ ਵਿੱਚ ਅਰਾਊਂਡ ਕੋਈ ਸਰਕਲ, ਕੋਈ ਇਹਦੇ ਲਿਮਿਟ ਹੈਗੀ? ਨਹੀਂ ਨਹੀਂ। ਓਕੇ, ਥੈਂਕ ਯੂ।